ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਬਾਪ ਨੇ ਆਪਣੇ ਪੁੱਤਰ ਨੂੰ ਸਵਾਰੀ ਲਈ ਇੱਕ ਕੀਮਤੀ ਕਾਰ ਖਰੀਦ ਕੇ ਦਿੱਤੀ ਪਰ ਪੁੱਤਰ ਨੇ ਕਾਰ ਦੀ ਠੀਕ ਸੰਭਾਲ ਨਾ ਰੱਖੀ ਲਾਪਰਵਾਹੀ ਨਾਲ ਪੰਜਾਈ ਫਿਰਦਾ ਰਿਆ ਕਦੀ ਕੁਝ ਟੁੱਟ ਜਾਂਦਾ ਕਦੀ ਕੁਝ ਵਿਗੜ ਜਾਣਾ ਉਹ ਟ੍ਰੈਫਿਕ ਦੇ ਨੀਮਾਂ ਦੀ ਵੀ ਪਰਵਾਹ ਨਾ ਕਰਦਾ ਆਪਣੇ ਹੱਥ ਚੱਲਣ ਲਈ ਕੋਈ ਵੀ ਖਿਆਲ ਨਾ ਕਰਦਾ ਗਲਤ ਹੱਥ ਚੱਲਣ ਦੇ ਫਲ ਸਰੂਪ ਕਾਰ ਦਰਖਤ ਨਾਲ ਟਕਰਾ ਕੇ ਇੱਕ ਡੂੰਗੇ ਟੋਏ ਵਿੱਚ ਜਾ ਡਿੱਗੀ ਤੇ ਚੱਕਨਾ ਚੂਰ ਹੋ ਗਈ। ਕੀ ਉਹ ਪੁੱਤਰ ਹੁਣ ਆਪਣੇ ਬਾਪ ਤੋਂ ਕੋਈ ਹੋਰ ਚੰਗੀ ਕੀਮਤੀ ਚੀਜ਼ ਲੈਣ ਦੀ ਆਸ ਰੱਖਦਾ? ਉਹ ਆਸ ਕਰ ਸਕਦਾ ਹੈ? ਭਾਵ ਉਸ ਹਾਲਾਤ ਵਿੱਚ ਉਸ ਵਾਹਿਗੁਰੂ ਤੋਂ ਹੋਰ ਦਾਤ ਮੰਗਣ ਦਾ ਆਪਾਂ ਕੀ ਹੱਕ ਰੱਖਦੇ ਹਾਂ? ਇਹ ਸਵਾਲ ਆਪਾਂ ਵੀ ਆਪਣੇ ਆਪ ਨੂੰ ਪੁੱਛ ਸਕਦੇ ਹਾਂ। ਇਹ ਮੁੰਿਕਾ ਦੇ ਜੋ ਅਮੋਲਕ ਦਾਤ ਹੈ ਵਾਹਿਗੁਰੂ ਦੀ ਅਦਭੁਤ ਕਲਾਮਈ ਸਿਰਜਣਾ ਇਸ ਨੂੰ ਮਨੁੱਖ ਨੇ ਆਪ ਨਹੀਂ ਘੜਿਆ ਫਿਰ ਮਨੁੱਖ ਦਾ ਕੀ ਹੱਕ ਹੈ ਕਿ ਇਸ ਦੀ ਸੰਭਾਲ ਵਿੱਚ ਅਣਗਹਿਲੀ ਕਰੇ ਮਨੁੱਖ ਆਪਣੇ ਪਾਈਚਾਰੇ ਜਾਂ ਸਮਾਜ ਦਾ ਇੱਕ ਅੰਗ ਜਾਂ ਇਕਾਈ ਹੁੰਦਾ ਹੈ ਰੋਗ ਰਹਿਤ ਪੁਰਸ਼ਾਂ ਨਾਲ ਹੀ ਇੱਕ ਨਰੁਆ ਸਮਾਜ ਹੋਂਦ ਵਿੱਚ ਆ ਸਕਦਾ ਹੈ ਇਸ ਲਈ ਧਾਰਮਿਕ ਪੱਖ ਤੋਂ ਬਿਨਾਂ ਮਨੁੱਖ ਦਾ ਇਹ ਸਮਾਜਿਕ ਫਰਜ਼ ਵੀ ਹੈ ਕਿ ਆਪਣੇ ਆਪ ਨੂੰ ਨਰੁਆ ਤੇ ਤੰਦਰੁਸਤ ਰੱਖੇ ਅਰੋਗ ਤੇ ਸਫਲ ਜੀਵਨ ਲਈ ਅੰਮ੍ਰਿਤ ਵੇਲੇ ਜਾਗਣਾ ਬਹੁਤ ਗੁਣਕਾਰੀ ਹੈ ਅੰਮ੍ਰਿਤ ਵੇਲੇ ਜਾਗਣਾ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੈ। ਭਾਵ ਸਵਕਤੇ ਸੌਣ ਤੇ ਸਵਕਤੇ ਜਾਗਣ ਨਾਲ ਤੰਦਰੁਸਤੀ ਤੇ ਆਰਥਿਕ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ। ਬੁੱਧੀ ਪ੍ਰਫੁੱਲਤ ਹੁੰਦੀ ਹੈ। ਇਸ ਲਈ ਜੇ ਕਦੇ ਐਵੇਂ ਲੱਗੇ ਵੀ ਹਾਂ ਜੋ ਮੰਗਿਆ ਉਹ ਨਹੀਂ ਮਿਲਿਆ ਤੇ ਸੋਚੋ ਕਿ ਅਸੀਂ ਕਿੱਥੇ ਗਲਤੀ ਕਰ ਰਹੇ ਹਾਂ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਆਪਾਂ ਨੂੰ ਮਿਲ ਜਾਂਦੀ ਹੈ ਆਪਾਂ ਉਹਦੀ ਕਦਰ ਨਹੀਂ ਕਰਦੇ। ਇਸ ਲਈ ਵਾਹਿਗੁਰੂ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ। ਉਹਨਾਂ ਚੀਜ਼ਾਂ ਦੀ ਸੰਭਾਲ ਕੇ ਵਰਤੋ ਕਰੋ। ਉਹਨਾਂ ਚੀਜ਼ਾਂ ਵੱਲ ਵੇਖੋ ਵਾਹਿਗੁਰੂ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਸਿਰਫ ਲੋੜ ਹੈ ਤੇ ਪਹਿਚਾਨਣ ਦੀ ਆਪਾਂ ਬਹੁਤਿਆਂ ਨਾਲ ਉਹ ਆਪਣੇ ਕੋਲ ਬਹੁਤ ਜ਼ਿਆਦਾ ਉਹਨਾਂ ਚੀਜ਼ਾਂ ਵੱਲ ਦੇਖੋ ਇਹ ਨਹੀਂ ਕਿ ਜੋ ਚੀਜ਼ ਨਹੀਂ ਹੈਗੀ ਹਰ ਸਮੇਂ ਉਹਦੀ ਘਾਟ ਨੂੰ ਮਹਿਸੂਸ ਕਰੋ ਜੋ ਦਿੱਤਾ ਹੈ ਉਸਦੇ ਵਿੱਚ ਖੁਸ਼ ਰਹਿਣਾ ਸਿੱਖੋ ਜਿਸ ਦਿਨ ਉਸਦੇ ਵਿੱਚ ਖੁਸ਼ ਰਹਿਣਾ ਸਿੱਖ ਲਈ ਲਾਣਾ ਤੇ ਸਾਰਾ ਕੁਝ ਆਪੇ ਠੀਕ ਹੋ ਜਾਣਾ ਵਾਹਿਗੁਰੂ ਅੱਗੇ ਸਿਰਫ ਇਹ ਅਰਦਾਸ ਕਰਿਆ ਕਰੋ ਵਾਹਿਗੁਰੂ ਸਰਬੱਤ ਦਾ ਭਲਾ ਕਰ ਕਿਉਂਕਿ ਜਦੋਂ ਸਰਬੱਤ ਦਾ ਭਲਾ ਮੰਗ ਲਿਆ ਆਪਾਂ ਮਿਹੋ ਦੇ ਵਿੱਚ ਆ ਗਏ ਤੇ ਫਿਰ ਆਪੇ ਜੋ ਮੰਗਦੇ ਆ ਉਹ ਵੀ ਮਿਲ ਜਾਏਗਾ ਪਰ ਜੋ ਮਿਲਿਆ ਉਹਦੀ ਕਦਰ ਕਰਨਾ ਸਿੱਖੋ